ਜੋ ਕਿ ਕਰੋਨਾ ਵਾਇਰਸ ਕਰਕੇ ਪੂਰੇ ਭਾਰਤ ਦੇ ਵਿੱਚ ਲੋਕਡਾਊਨ ਕੀਤਾ ਹੋਇਆ ਹੈ। ਉਸ ਕਰਕੇ ਪਬਲਿਕ ਆਪਣੇ ਘਰਾਂ ਦੇ ਵਿੱਚ ਬੰਦ ਹੈ, ਰੁਜ਼ਗਾਰ ਸਾਰੇ ਕੰਮ ਕਾਜ ਠੱਪ ਪਏ ਨੇ, ਬੰਦ ਹੈ ਸਭ ਕੁਝ। ਸੋ ਇਸ ਸਮੇਂ ਇਨਸਾਨ ਦੇ ਨਾਤੇ ਸ੍ਰੀ ਮਾਨ ਸੰਤ ਬਾਬਾ ਸੁਰੇਖ ਸਿੰਘ ਜੀ ਕਾਰ ਸੇਵਾ ਵਾਲੇ ਗੋਇੰਦਵਾਲ ਸਾਹਿਬ ਵੱਲੋਂ ਉਹਨਾਂ ਵੱਲੋਂ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਹਰ ਥਾਂ 'ਤੇ ਜਾ ਕੇ ਘਰਾਂ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ। ਅੱਜ ਸਤਿਕਾਰਯੋਗ ਸਾਡੇ ਕੰਸੀ ਰਾਮ ਜੀ ਉਹਨਾਂ ਦੀ ਅਗਵਾਈ ਹੇਠ ਕੁਝ ਭੈਰੋਵਾਲ ਤੋਂ ਸੱਜਣ ਪਹੁੰਚੇ ਸੀ ਅਤੇ ਉਹਨਾਂ ਨੂੰ ਮਹਾਂਪੁਰਸ਼ਾਂ ਵੱਲੋਂ ਜਿਹੜਾ ਹੈ ਲੋੜੀਂਦਾ ਰਾਸ਼ਨ ਦਿੱਤਾ ਗਿਆ, ਜਾ ਕੇ ਉਹ ਭੈਰੋਵਾਲ ਨਗਰ ਵਿੱਚ ਵੰਡਣਗੇ। ਸੋ ਇਹ ਸੇਵਾ ਸ੍ਰੀ ਮਾਨ ਸੰਤ ਬਾਬਾ ਸੁਰੇਖ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਡੇਰਾ ਚਰਨ ਬਾਗ ਤੋਂ ਸੇਵਾ ਇਸੇ ਤਰ੍ਹਾਂ ਰੋਜ਼ ਸੰਗਤਾਂ ਵੱਲੋਂ ਪਹੁੰਚਾਈ ਜਾ ਰਹੀ ਹੈ ਜੀ। ਸੋ ਇਸੇ ਤਰ੍ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਆਪਾਂ ਹਰ ਇੱਕ ਦੀ ਮਦਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।